ਹਾਂ ਜੀ ਬਾਈ ਜੀ, ਅੱਜ ਅਸਾਂ ਬਰਗਾੜੀ ਤੋਂ ਫੜੇ ਆ ਦੋ ਮੁੰਡੇ ਜਿਨ੍ਹਾਂ ਦੀਆਂ ਸ਼ਾਕਲਾਂ ਪਹਿਚਾਣ ਲਓ ਬਾਈ, ਧੋਖਾ ਨਾ ਖਾ ਜੇ ਕੋਈ। ਇਹਨਾਂ ਨੂੰ ਅਸੀਂ ਹੁਣ ਪੁਲਿਸ ਸਟੇਸ਼ਨ ਦੇਣ ਜਾ ਰਹੇ ਹਾਂ। ਇਹ ਬੰਦੇ ਲੁੱਟ ਖੋਹ ਦਾ ਕੰਮ ਕਰਦੇ ਸੀ, ਤਾਂ ਮੀਰ ਵੀਰ ਬਚ ਕੇ ਰਿਹਾ ਕਰੋ ਇਹੋ ਕੰਮਾਂ ਤੋਂ, ਅਤੇ ਰਸਤੇ 'ਚ ਕੋਈ ਆਪਣਾ ਵਹੀਕਲ ਰੁਕ ਕੇ ਨਾ ਕੋਈ ਫਲ ਫਰੂਟ ਨਾ ਲਵੇ। ਇਹਨਾਂ ਦਾ ਕੰਟੈਕਟ ਸੀਗਾ ਸੰਤ ਵਾਲੇ ਰੇਹੜੀ ਨਾਲ, ਅਤੇ ਸੰਤ ਵਾਲੇ ਇਹਨਾਂ ਨੂੰ ਛੱਡਦਾ ਸੀ ਬੰਦਿਆਂ ਨੂੰ, ਅਤੇ ਇਹ ਬੰਦੇ ਉੱਥੇ ਆ ਕੇ ਸਾਡੇ ਬੰਦੇ ਕੋਲ, ਸਾਡਾ ਆਪਣਾ ਮੁਲਾਜ਼ਮ ਸੀ ਬੰਦਾ, ਦੋ ਸੋਨੇ ਦੀਆਂ ਸਾਂਪਾਂ ਅਤੇ 10,000 ਰੁਪਇਆ ਕੈਸ਼ ਨਗਦ ਕੱਲ੍ਹ ਲੁੱਟਿਆ ਨਾ, ਅਤੇ ਅੱਜ ਅਸੀਂ ਇਹਨਾਂ ਨੂੰ ਮੌਕੇ ਵਾਰਦਾਤ 'ਤੇ ਫੜਿਆ। ਤੇਰਾ ਪਿੰਡ ਕਿਹੜਾ ਤੇਰਾ? ਕਿੰਨੇ ਪੈਸੇ ਲੁੱਟੇ ਹੁਣ ਤੱਕ? ਸਹੀ ਦੱਸੀ, ਝੂਠ ਨਾ ਬੋਲੇ। ਮੈਂ ਨਹੀਂ 10 ਦਿਨ ਹੋਏ ਸੀ ਇਹਨਾਂ ਨਾਲ। ਹਾਂ 10 ਦਿਨ ਹੀ ਹੋਏ ਸਾਰੇ, ਇਹ ਤਾਂ ਹੋਣੀ ਹੈ ਭਾਈ, ਚੁੱਪ ਚੁੱਪ ਐ ਨਹੀਂ ਕਰੀ। ਹਾਂ ਤੂੰ ਚੋਰੀ ਥਾ ਨਾ, ਪੂਰਾ ਦੱਸ ਆਪਣਾ ਬਿਆਨ ਦੱਸ। ਹਾਂ ਜਦੋਂ ਕੱਲ ਸਾਡਾ ਬੰਦ, ਹਾਂ ਜਦੋਂ ਕੱਲ ਸਾਡਾ ਬੰਦਾ ਆਇਆ ਉੱਥੇ, ਬੰਦੇ ਕਿਹੜੇ ਨੇ ਸੱਦੇ ਪਹਿਲਾਂ ਦੱਸੋ? ਉਹ ਬੰਦਾ ਮੰਨ ਗਿਆ। ਬੰਦੇ ਕਿਹੜੇ ਨੇ ਸੱਦੇ? ਹਾਂ ਹਾਂ ਅਸੀਂ ਸੀਗੇ ਸਰ, ਅਸੀਂ ਚਲੋ ਖੜੇ ਇੱਧਰ ਦੋ ਬੰਦੇ। ਇਹਦੀ ਪੂਰੀ ਰਿਕਾਰਡਿੰਗ ਕਰਾਓ, ਆਪਣੇ ਆਪ ਬਸ ਆ ਕੇ ਲੁੱਟ ਕੇ ਲੈ ਜਾਂਦੇ ਹੋ? ਅੱਜ ਵੀ ਇਸੇ ਕੰਮ ਤੇ ਸੀਗੇ? ਛੋਟੂ ਕੱਲ ਪੈਸੇ ਲੈ ਕਿੱਧਰ ਗਏ ਸੀ ਫਿਰ ਤੁਸੀਂ? ਕੀ ਕਰਦੇ ਹੋ ਪੈਸੇ ਦਾ? ਗੱਡੀ ਆ ਤੇ ਕੰਮ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੁਸੀਂ? ਇਹ ਕੰਮ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੁਸੀਂ? ਲੁੱਟ ਖੋਲ ਆ ਪੈਸੇ ਆ ਸਾਰੇ ਤੁਹਾਡੇ ਭੈਣ ਚੋ ਸਾਖ ਤਾ ਵਾ, ਇਹ ਭੈਣ ਚੋ ਹਾਕੀ ਦੇ ਲੈ ਕਈ ਜੀ, ਇੱਥੇ ਪੁਲਿਸ ਰਿਪੋਰਟ ਨਹੀਂ ਦੇਣੀ, ਮੈਂ ਇੱਥੇ ਮਾਰ ਮਾਰ ਕੇ ਲੱਲੇ ਪਾ ਦੇਣੇ ਆ। ਕਿੰਨੇ ਬੰਦੇ ਕਹਿੰਦੇ ਤੁਸੀਂ? ਚੱਲ ਜਾਦੇ ਨਾ ਮਾਰ, ਜਾਦੇ ਨਾ ਮਾਰ, ਮਾਰਨਾ ਚੱਕਰ ਤੇ ਲੈ ਗਿਆ ਨਾ, ਇਹ ਮਿਲਟਰੀ ਆ ਇਹ, ਤੂੰ ਪੁਲਿਸ ਦੇ ਚੱਕਰ ਤੇ ਲੈ ਗਿਆ ਨਾ, ਇਹ ਪੁਲਿਸ ਨੇ ਕਿ ਤੂੰ ਪੈਸੇ ਲੈ ਕੇ ਬਚ ਜਾਏਗਾ। ਕਿਉਂ ਕਰਦੇ ਹੋ ਕੰਮ ਇਹ? ਸਾਰਾ ਮਾਮਲਾ ਸਰ ਇਹ ਸੀਗਾ ਜੀ, ਫੌਜੀ ਭਰਾ ਸੀਗਾ ਕੋਈ, ਸੀਗਾ ਜਿਹਦੇ 'ਤੇ ਮੁਕੱਦਮਾ, ਉਹਦੇ ਵੀ ਦਰਜ ਨਾਲ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਉਹਨੇ ਮੇਰੇ ਸਾਥੀਆਂ ਨੂੰ, ਮੈਨੂੰ ਪਹਿਲੇ ਇੱਕ ਦਿਨ ਪਹਿਲਾਂ ਸਾਡੇ ਨਾਲ ਜੂਆ ਖੇਡਿਆ, ਉਹ ਜੂਆ ਖੇਡਣ ਤੋਂ ਬਾਅਦ 'ਚ ਦੂਜੇ ਦਿਨ ਅਸੀਂ ਫਿਰ ਕਿਸੇ ਆਪਦੇ ਰਿਸ਼ਤੇਦਾਰ 'ਚ ਕਿਤੇ ਅੱਗੇ ਜਾ ਰਹੇ ਸੀਗੇ ਆਪਦੇ ਦੋਸਤ ਨਾਲ, ਅਤੇ ਦੂਜੇ ਦਿਨ ਉਹਨੇ ਮਤਲਬ ਕਿ ਸਾਨੂੰ ਰੋਕਿਆ, ਘੇਰਿਆ, ਘੇਰ ਕੇ ਸਾਨੂੰ ਮਤਲਬ ਕਿ ਕੁੱਟ ਮਾਰਨਾ ਸ਼ੁਰੂ ਕਰ ਦਿੱਤਾ, ਕੁੱਟਣਾ ਮਾਰਨਾ ਸ਼ੁਰੂ ਕਰਤਾ। ਕੁੱਟ ਮਾਰ ਕੇ ਸਾਨੂੰ ਕਿਸੇ ਦੇ ਘਰੇ ਲਿਜਾ ਕੇ 4-5 ਘੰਟੇ ਬੰਦੀ ਬਣਾ ਕੇ ਰੱਖਿਆ, ਉੱਥੇ ਲਿਜਾ ਕੇ ਘਰੇ ਕਿਸੇ ਦੇ ਕੁੱਟ ਮਾਰ ਕੀਤੀ। ਕੁੱਟ ਮਾਰ ਕਰਨ ਤੋਂ ਬਾਅਦ 'ਚ ਅਤੇ ਸਾਨੂੰ ਮਤਲਬ ਕਿ ਉਹਨਾਂ ਨੇ ਕੁੱਟ ਮਾਰ ਕੇ ਸਾਨੂੰ ਡਰਾਉਂਦੇ ਧਮਕਾਉਂਦੇ ਰਹੇ ਵੀ ਤੁਹਾਨੂੰ ਗੋਲੀ ਮਾਰ ਦਿਆਂਗੇ, ਗੋਲੀ ਮਾਰ ਕੇ ਤੁਹਾਨੂੰ ਨਹਿਰ 'ਚ ਸੁੱਟ ਦਿਆਂਗੇ, ਨਹਿਰ 'ਚ ਸੁੱਟ ਕੇ ਤੁਹਾਨੂੰ ਮਤਲਬ ਕਿ ਤੁਹਾਡਾ ਕੁਛ ਨਹੀਂ ਲੱਭਣਾ ਇੱਥੋਂ। ਅਤੇ ਉਦੋਂ ਬਾਅਦ 'ਚ ਉਹਨਾਂ ਨੇ ਕਿਹਾ ਵੀ ਅਸੀਂ ਤੁਸੀਂ ਸਾਡੇ ਤੋਂ ਲੁੱਟ ਮਾਰ ਕੀਤੀ ਆ। ਲੁੱਟ ਮਾਰ ਤੋਂ ਬਾਅਦ 'ਚ ਉਹਨਾਂ ਨੇ ਸਾਨੂੰ ਥਾਣੇ ਲੈ ਕੇ ਗਏ, ਥਾਣੇ 'ਤੇ ਥਾਣੇ ਸਾਡਾ ਰਾਜ਼ੀਨਾਮਾ ਕੀਤਾ ਉਹਨਾਂ ਨਾਲ, ਰਾਜ਼ੀਨਾਮਾ ਇਹ ਮਾਮਲਾ ਇਹ ਸੀਗਾ ਜੀ। ਜੂਆ ਖੇਡਿਆ ਸੀ, ਜੂਏ ਦੇ ਵਿੱਚ 1,000 ਰੁਪਈਆ ਹਾਰਿਆ ਜੀ, ਉਹ 1,000 ਰੁਪਈਆ ਹਾਰਿਆ ਅਤੇ ਇੱਕ ਮੁੰਦਰੀ ਆਪਦੀ ਹਾਰਿਆ, ਜੋ ਕਿ ਮੁੰਦਰੀ ਮੈਂ ਵੀ ਹਾਰਿਆ ਸੀਗਾ, ਠੀਕ ਹੈ ਜੀ, ਇੱਕ ਮੁੰਦਰੀ ਮੇਰੀ ਵੀ ਸੀਗੀ। ਉਹ ਅਸੀਂ ਉਹਨਾਂ ਨੇ ਰਾਜ਼ੀਨਾਮਾ ਕਰ ਲਿਆ ਸਾਡੇ ਨਾਲ, ਰਾਜ਼ੀਨਾਮਾ ਵੀ ਸਾਡੇ ਨਾਲ ਧੱਕੇ ਨਾਲ ਕੀਤਾ ਉਹਨਾਂ ਨੇ, ਵੀ ਸਾਡੇ 'ਤੇ ਕੋਈ ਗੱਲ ਨਾ ਆ ਜਾਵੇ ਲੁੱਟ ਮਾਰ ਦੀ, ਮਤਲਬ ਕਿ ਕੁੱਟ ਮਾਰ ਦੀ,
ਜਾਂ ਸਾਨੂੰ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਕਿਸੇ ਦੇ ਘਰ, ਉਹਨਾਂ ਨੇ ਜਾਣ ਬੁੱਝ ਕੇ ਸਾਡੇ ਨਾਲ ਰਾਜ਼ੀਨਾਮਾ ਕੀਤਾ, ਧੱਕੇ ਨਾਲ ਸਾਡੇ ਨਾਲ ਰਾਜ਼ੀਨਾਮਾ ਕੀਤਾ ਜੀ, ਸਾਡੇ ਨਾਲ ਕਿਸੇ ਨੇ ਕੋਈ ਇਨਸਾਫ਼ ਨਹੀਂ ਹੋਇਆ ਜੀ, ਕੋਈ ਪਤਾ ਨਹੀਂ ਕਾਨੂੰਨ ਕਿੱਥੇ ਸੁੱਤਾ ਪਿਆ, ਕੋਈ ਇਨਸਾਫ਼ ਨਹੀਂ, ਕੋਈ ਇਨਸਾਫ਼ ਨਹੀਂ ਦਿੱਤਾ ਨਾ ਪੁਲਿਸ ਨੇ ਦਿੱਤਾ, ਉਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਉਹਨਾਂ ਨੂੰ ਪੁੱਛਿਆ ਜਾਵੇ? ਹਾਂ, ਪੁਲਿਸ ਨੂੰ ਦਰਖਾਸਤ ਦਿੰਦੇ, ਪੁਲਿਸ ਨੂੰ ਦਰਖਾਸਤ ਦੇ ਕੇ ਸਾਨੂੰ ਲੈ ਕੇ ਜਾਂਦੇ, ਪੁਲਿਸ ਸਾਡੇ 'ਤੇ ਕਾਰਵਾਈ ਕਰਦੀ, ਜੋ ਬਣਦੀ ਕਾਰਵਾਈ ਸਾਡੇ 'ਤੇ ਕਰਦੇ। ਜੂਆ ਖੇਡਿਆ ਤਾਂ ਪੁਲਿਸ, ਆਪਣਾ ਜੂਆ ਅਸੀਂ ਖੇਡਿਆ, ਫੌਜੀ ਵੀ ਜੂਆ ਖੇਡਿਆ, ਉਹ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਜੂਏ ਦੀ ਜੋ ਬਣਦੀ ਸੀਗੀ, ਠੀਕ ਹੈ। ਸਭ ਤੋਂ ਸਾਰਿਆਂ ਤੋਂ ਵੱਡਾ ਗੁਨਾਹਗਾਰ ਫੌਜੀ ਆ ਉਹ, ਜਿਹੜਾ ਵੀ ਜੂਆ ਖੇਡਿਆ ਸਾਡੇ ਨਾਲ, ਉਦੋਂ ਬਾਅਦ 'ਚ ਸਾਡੀ ਕੁੱਟਮਾਰ ਕੀਤੀ ਉਹਨੇ, ਕੁੱਟਮਾਰ ਕਰ ਬਹੁਤ ਜ਼ਿਆਦਾ ਮਾਰੀਆਂ ਜੀ ਉਹਨਾਂ ਨੇ ਸਾਨੂੰ। ਮੇਰਾ ਇੱਕ ਮੇਰਾ ਭਤੀਜਾ ਸੀਗਾ ਜੀ, ਨਾਲ ਇਹਨੂੰ ਨਹਿਰ 'ਚ ਵੀ ਲਮਕਾਈ ਰੱਖਿਆ ਉਹਨਾਂ ਨੇ ਅੱਧਾ ਪੌਣਾ ਘੰਟਾ, ਕਹਿੰਦਾ ਵੀ ਤੁਹਾਨੂੰ ਮਾਰ ਕੇ ਇੱਥੇ ਨਹਿਰ 'ਚ ਸੁੱਟ ਦਿਆਂਗੇ। ਅਤੇ ਅਸੀਂ ਡਰਦੇ ਹੋਏ, ਸਾਡੇ ਤੋਂ ਕੁਛ ਵੀ, ਅਸੀਂ ਕੁਛ ਬੋਲਦੇ ਸੀਗੇ, ਅਸੀਂ ਆਪਦੇ ਸੱਚ ਬੋਲਦੇ ਸੀਗੇ, ਸਾਨੂੰ ਬੋਲਣ ਨਹੀਂ ਦਿੰਦੇ ਸੀਗੇ, ਅਤੇ ਆਪ ਹੀ ਅੱਗੇ ਬੋਲ ਕੇ ਆਪ ਹੀ ਬਿਆਨ ਦੇਈ ਜਾਂਦੇ, ਆਪ ਹੀ ਸਾਰਾ ਕੁਛ ਕਰਦੇ ਸੀਗੇ। ਅਤੇ ਰਾਜ਼ੀਨਾਮੇ 'ਚ ਮੰਨਿਆ ਜੀ ਉਹਨਾਂ ਨੇ, ਸਾਨੂੰ ਲਿਖਤੀ ਰਾਜ਼ੀਨਾਮਾ ਦਿੱਤਾ, ਰਾਜ਼ੀਨਾਮੇ ਦੀ ਕਾਪੀ ਤੁਹਾਨੂੰ ਦਿੱਤੀ ਆ ਅਸੀਂ, ਉਹਦੇ 'ਚ ਉਹਨਾਂ ਨੇ ਲਿਖਿਆ ਵੀ ਮੈਂ ਜੂਆ ਖੇਡਿਆ ਸੀਗਾ, ਇੱਕ ਪਾਸੇ ਤੋਂ ਕਹੀ ਜਾਂਦਾ ਮੈਂ ਜੂਆ ਖੇਡਿਆ ਸੀਗਾ, ਇੱਕ ਪਾਸੇ ਉਹ ਕਹੀ ਜਾਂਦਾ ਜੀ ਮੈਂ ਸਾਡੇ ਲੁੱਟਮਾਰ ਕੀਤੀ ਆ, ਜੇ ਲੁੱਟਮਾਰ ਕੀਤੀ ਸਾਡੀ ਪੁਲਿਸ ਕੋਲੇ ਸਾਡੀ ਆਪਣੀ ਮਤਲਬ ਕਿ ਕੋਈ ਵੀ ਕਾਰਵਾਈ ਸੀਗੀ ਪੁਲਿਸ ਨੂੰ ਦਿੰਦੇ, ਹੈ ਨਾ, ਪੁਲਿਸ ਨੂੰ ਦੇਣ ਤੋਂ ਬਾਅਦ ਜੋ ਕਾਰਵਾਈ ਸਾਡੇ ਨੂੰ ਸਾਨੂੰ ਮਨਜ਼ੂਰ ਸੀਗੀ ਜੋ ਜੂਏ ਦੀ ਬਣਦੀ ਆ, ਪ੍ਰਸ਼ਾਸਨ ਤੋਂ ਮੰਗ ਅਸੀਂ ਇਹ ਕਰਦੇ ਹਾਂ, ਸਾਡੀਆਂ ਜਿਹੜੀਆਂ ਵੀਡੀਓ ਉਹਨਾਂ ਨੇ ਵਾਇਰਲ ਕੀਤੀਆਂ, ਉਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ ਵਾਇਰਲ ਕਰਨ ਦਾ, ਹੈ ਨਾ, ਸਾਡੀਆਂ ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਸਾਡਾ ਪੁਲਿਸ ਮਹਿਕਮਾ ਕਰਦਾ, ਸਾਡੇ ਦੇ ਮੁਕੱਦਮਾ ਦਰਜ ਕਰਦਾ, ਅਤੇ ਉਹ ਸਾਡੇ ਦੇ ਸਾਡੀਆਂ ਵੀਡੀਓ ਵਾਇਰਲ ਕਰਦਾ ਜਾਂ ਮੀਡੀਆ ਨੂੰ ਜਾਂ ਕਿਸੇ ਨੂੰ ਵੀ ਉਹ ਦੱਸਦੇ, ਹੈ ਨਾ, ਅਤੇ ਉਹ ਤਾਂ ਸਾਨੂੰ ਮਨਜ਼ੂਰ ਸੀਗਾ। ਪਰ ਜਿਹਨਾਂ ਨੇ ਇਹਨਾਂ ਨੇ ਰਾਜ਼ੀਨਾਮਾ ਕਰਨ ਤੋਂ ਬਾਅਦ 'ਚ ਵੀ ਵੀਡੀਓ ਵਾਇਰਲ ਕੀਤੀਆਂ, ਸਾਡੀ ਇਹਦੀ ਬਦਨਾਮੀ ਕੀਤੀ ਆ, ਉਹ ਅਸੀਂ ਉਹ ਮੰਗ ਚਾਹੁੰਦੇ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ। ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ। ਕਿਹੜੇ ਪਿੰਡ ਦੇ ਰਹਿਣਾ? ਰੌਲੀ ਤੋਂ। ਕਾਫੀ ਕੁੱਟਮਾਰ ਕੀਤੀ ਗਈ ਸੀ ਤੁਹਾਡੇ ਫੌਜੀਆਂ ਵੱਲੋਂ, ਕੀ ਸੀ ਸਾਰਾ ਮਾਮਲਾ, ਕਿਉਂ ਕੀਤੀ? ਸਰ ਪਹਿਲਾਂ ਸਾਡੇ ਨਾਲ ਜੂਆ ਖੇਡਿਆ ਸੀਗਾ, ਅਤੇ ਜੂਆ ਖੇਡਣ ਦੇ ਬਾਵਜੂਦ ਅਸੀਂ ਦੂਜੇ ਦਿਨ ਉੱਧਰ ਜਾਂਦੇ ਸੀਗੇ ਕਿ ਰਿਸ਼ਤੇਦਾਰੀ 'ਚ, ਉਹਨਾਂ ਨੇ ਸਾਨੂੰ ਵੇਖ ਲਿਆ ਅਤੇ ਉਹਨਾਂ ਨੇ ਸਾਨੂੰ ਫੜ ਲਿਆ, ਕਹਿੰਦੇ ਸੀਗੇ ਵੀ ਸਾਡਾ ਸਮਾਨ ਮੋੜੋ, ਜਿਹੜਾ ਅਸੀਂ ਜੂਏ 'ਚ ਹਰੇ ਸੀ, ਅਤੇ ਅਸੀਂ ਕਿਹਾ ਵੀ ਚੱਲ ਤੁਹਾਡਾ ਸਮਾਨ ਮੋੜ ਦਿੰਦੇ ਹਾਂ। ਉਹ ਸਾਨੂੰ ਕਿਸੇ ਦੇ ਘਰ ਲੈ ਗਏ ਅਤੇ ਉੱਥੇ ਲਿਆ ਕੇ ਬਹੁਤ ਕੁੱਟਿਆ, ਉਹਨਾਂ ਨੇ ਹਾਕੀਆਂ ਸੀ ਉਹਨਾਂ ਕੋਲ, ਅਤੇ ਉਹ ਕਹਿੰਦੇ ਸੀਗੇ ਵੀ ਜੇ ਹੈ ਨਾ ਤੁਸੀਂ ਜਾਣ ਕੇ, ਉਹ ਕਹਿੰਦੇ ਵੀ ਦੋ ਛਾਪਾਂ ਮੰਨੋ ਅਤੇ 10,000 ਰੁਪਈਆ ਮੰਨੋ, ਜੋ ਕਿ ਉਹ 1,000 ਰੁਪਈਆ ਹਰਿਆ ਸੀ ਅਤੇ 1 ਉਹਦੀ ਮੁੰਦੀ ਸੀਗੀ, ਉਹ ਵੀ ਸਾਡੇ ਨਾਲ ਜੋ ਕੁੱਟਮਾਰ ਕਰਦਾ ਸੀ ਉਹ ਸਾਡੇ ਤੋਂ ਵਾਹਨ 'ਚ ਡੱਗ ਪਈ ਸੀ, ਉਹਨਾਂ ਨੇ ਸਾਡੇ ਮੋਟਰਾਂ 'ਤੇ ਲੱਤ ਮਾਰੀ ਸੀ, ਸਾਡਾ ਮੋਟਰਾਂ ਉੱਥੇ ਡੱਗ ਪਿਆ ਸੀ। ਇਹ ਵੀ ਪਤਾ ਲੱਗਿਆ ਕਿ ਜਣੇ ਨੂੰ ਉਹਨਾਂ ਨੇ ਕਾਫੀ ਕੁੱਟਮਾਰ ਕੀਤੀ, ਨਹਿਰ 'ਚ ਵੀ ਲਮਕਾਉਣ ਦੀ ਕੋਸ਼ਿਸ਼ ਕੀਤੀ? ਉਹ ਮੈਂ ਸੀਗਾ ਜੀ, ਉਹਨਾਂ ਨੇ ਪਹਿਲਾਂ ਹੈ ਨਾ ਮੈਨੂੰ ਗੱਡੀ 'ਚ ਬਹੁਤ ਕੁੱਟਿਆ, ਅਤੇ ਗੱਡੀ ਸੀਟ 'ਤੇ ਮੇਰਾ ਮੂੰਹ ਰਖਾ ਲਿਆ ਵਾ, ਉਹ ਕਹਿੰਦੇ ਸੀਗੇ ਵੀ ਹੈ ਨਾ ਜਾਣ ਕੇ ਕਹਿ ਵੀ ਦੋ ਛਾਪਾਂ 'ਤੇ 10,000 ਰੁਪਈਆ ਸੀ, 4 ਜਣੇ ਸੀ ਉਹ, ਉਹਨਾਂ ਨੇ ਮੈਨੂੰ ਬਹੁਤ ਕੁੱਟਿਆ, ਮੇਰੇ ਨਾਲ ਹਾਕੀਆਂ ਵੀ ਮਾਰੀਆਂ ਉਹਨਾਂ ਨੇ, ਮੇਰੇ 'ਤੇ ਮੇਰੇ ਨਿਸ਼ਾਨ ਵੀ ਪਏ ਆ, ਮੇਰਾ ਬੁਰਾ ਹਾਲ ਕਰਤਾ ਸੀ ਉਹਨਾਂ ਨੇ। ਕੀ ਮੰਗ ਕਰਦੇ? ਮੰਗ ਇਹ ਕਰਦੇ ਸੀ ਜਿਹੜੀ ਵੀ ਉਹਨਾਂ 'ਤੇ ਕਾਰਵਾਈ ਹੈ ਨਾ ਹੁੰਦੀ ਕਰਨੀ ਚਾਹੀਦੀ ਆ, ਜੋ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਉਹ ਦੇਣੀ ਚਾਹੀਦੀ ਹੈ। ਉਹ ਵੀ ਜੂਆ ਖੇਡਿਆ ਜੀ, ਉਹਨੂੰ ਜੂਆ ਖੇਡ ਕੇ ਉਹ ਬਾਅਦ 'ਚੋਂ ਕਹਿਣ ਲੱਗ ਗਿਆ ਵੀ ਮੇਰੇ ਤੋਂ ਲੁੱਟ ਖੋਹ ਕੀਤੀ, ਜੇ ਅਸੀਂ ਲੁੱਟ ਖੋਹ ਕੀਤੀ ਹੁੰਦੀ ਸਾਡੇ ਕੋਲ ਕੋਈ ਹਥਿਆਰ ਵੀ ਨਿਕਲਣਾ ਸੀਗਾ, ਜੋ ਕਿ ਸਾਡੇ ਕੋਲੋਂ ਨਹੀਂ ਨਿਕਲਿਆ, ਅਤੇ ਅਸੀਂ ਦੂਜੇ ਦਿਨ ਉੱਥੇ ਕਿਉਂ ਜਾਂਦੇ ਜੇ ਅਸੀਂ ਲੁੱਟ ਖੋਹ ਕੀਤੀ ਸੀ, ਨਾ ਸਾਡੇ ਕੋਈ ਮੂੰਹ ਬਾਂਹ ਬੰਨਿਆ ਸੀਗਾ, ਕੁਛ ਨਹੀਂ ਸੀਗਾ ਜੀ ਸਾਡੇ ਕੋਲ।